ਮੈਟਰੋ ਦੀ ਲਾਪਰਵਾਹੀ ਦੇ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਇੱਕ 4 ਮੰਜ਼ਿਲਾ ਮਕਾਨ ਦੇਖਦੇ ਹੀ ਦੇਖਦੇ ਮਿੰਟਾਂ ਦੇ ਵਿੱਚ ਢਹਿ ਢੇਰੀ ਹੋਇਆ ਤੇ ਹਾਦਸਾ ਇੰਨਾ ਭਿਆਨਕ ਸੀ ਕਿ ਆਲੇ ਦੁਆਲੇ ਦੇ ਮਕਾਨਾਂ ਦੇ ਵਿੱਚ ਵੀ ਇਸ ਮਕਾਨ ਦੇ ਡਿੱਗਣ ਕਾਰਨ ਤਰੇੜਾਂ ਪੈ ਗਈਆਂ ਨੇ। ਤਾਂ ਇਸ ਮਕਾਨ ਦੇ ਡਿੱਗਣ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਇਸ ਮਕਾਨ ਦੇ ਹੇਠਾਂ ਤੋਂ 52 ਫੁੱਟ ਨੀਚੇ ਜੋ ਮੈਟਰੋ ਦੀ ਟਨਲ ਹੈ ਉਹ ਨਿਕਲ ਰਹੀ ਹੈ, ਜਿਸ ਦੇ ਕਾਰਨ ਇਹ ਮਕਾਨ ਖੋਖਲਾ ਹੋ ਗਿਆ ਅਤੇ 20 ਫੁੱਟ ਜੋ ਇਸਦਾ ਬੀਤੇ ਦਿਨਾਂ ਫਰਸ਼ ਪਹਿਲਾਂ ਨੀਚੇ ਦੱਬ ਜਾਂਦਾ, ਜਿਸ ਨੂੰ ਦੇਖਦੇ ਹੋਏ ਇਸ ਮਕਾਨ ਨੂੰ ਲੋਕ ਖਾਲੀ ਕਰ ਦਿੰਦੇ ਨੇ ਅਤੇ ਇਹ ਮਕਾਨ ਅੱਜ ਦੇਖਦੇ ਹੀ ਦੇਖਦੇ ਮਿੰਟਾਂ ਦੇ ਵਿੱਚ ਢਹਿ ਢੇਰੀ ਹੋ ਗਿਆ। ਤਸਵੀਰਾਂ ਕੋਲ ਹੀ ਲੱਗੇ ਇੱਕ CCTV ਦੇ ਵਿੱਚ ਵੀ ਕੈਦ ਹੋਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਪਹਿਲਾਂ ਜੋ ਅਗਲੀ ਬਾਲਕਨੀ ਹੁੰਦੀ ਆ ਉਸਦਾ ਕੁਝ ਹਿੱਸਾ ਗਿਰਦਾ ਅਤੇ ਫਿਰ ਉਸ ਤੋਂ ਬਾਅਦ ਦੇਖਦੇ ਹੀ ਦੇਖਦੇ ਸਾਰਾ ਮਕਾਨ ਮਿੰਟਾਂ 'ਚ ਢਹਿ ਢੇਰੀ ਹੋ ਜਾਂਦਾ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਆਲੇ ਦੁਆਲੇ ਤੋਂ ਇਸ ਬਾਜ਼ਾਰ ਦੇ ਵਿੱਚ ਕੋਈ ਲੋਕ ਨਹੀਂ ਸੀ ਨਿਕਲ ਰਹੇ, ਨਹੀਂ ਤਾਂ ਕੋਈ ਨਾ ਕੋਈ ਜਾਨੀ ਨੁਕਸਾਨ ਦਾ ਖਤਰਾ ਤਾਂ ਹੁੰਦਾ ਹੀ ਹੁੰਦਾ, ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਤਾਂ ਕਾਨਪੁਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਮੈਟਰੋ ਦੇ ਕਾਰਨ ਇੱਕ ਮਕਾਨ ਢਹਿ ਢੇਰੀ ਹੋ ਗਿਆ, ਜਿੱਥੇ ਲੋਕਾਂ ਨੂੰ ਮੈਟਰੋ ਦੇ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਇਸਦਾ ਨੁਕਸਾਨ ਹੁੰਦਾ ਵੀ ਨਜ਼ਰ ਆ ਰਿਹਾ। ਕਿਹਾ ਜਾ ਰਿਹਾ ਜੇਕਰ ਮੈਟਰੋ ਨੇ ਇਸ ਮਕਾਨ ਨੂੰ ਹੇਠਾਂ ਤੋਂ ਕੋਈ ਸਪੋਰਟ ਦਿੱਤੀ ਹੁੰਦੀ ਤਾਂ ਸ਼ਾਇਦ ਇਹ ਮਕਾਨ ਢਹਿ ਢੇਰੀ ਨਾ ਹੁੰਦਾ, ਪਰ ਕਿਹਾ ਜਾ ਰਿਹਾ ਕਿ ਜਦੋਂ ਇਸਦਾ ਬੀਤੇ ਦਿਨਾਂ 20 ਫੁੱਟ ਹੇਠਾਂ ਤੱਕ ਫਰਸ਼ ਦੱਬਿਆ ਸੀ ਤਾਂ ਉਸ ਤੋਂ ਬਾਅਦ ਖਤਰਾ ਦੇਖਦੇ ਹੋਏ ਇਸ ਮਕਾਨ ਨੂੰ ਖਾਲੀ ਕਰਵਾ ਲਿਆ ਗਿਆ ਸੀ। ਮੈਟਰੋ ਦੀ ਲਾਪਰਵਾਹੀ ਦੇ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਇੱਕ 4 ਮੰਜ਼ਿਲਾ ਮਕਾਨ ਦੇਖਦੇ ਹੀ ਦੇਖਦੇ ਮਿੰਟਾਂ ਦੇ ਵਿੱਚ ਢਹਿ ਢੇਰੀ ਹੋਇਆ ਅਤੇ ਹਾਦਸਾ ਇੰਨਾ ਭਿਆਨਕ ਸੀ ਕਿ ਆਲੇ ਦੁਆਲੇ ਦੇ ਮਕਾਨਾਂ ਦੇ ਵਿੱਚ ਵੀ ਇਸ ਮਕਾਨ ਦੇ ਡਿੱਗਣ ਕਾਰਨ ਤਰੇੜਾਂ ਪੈ ਗਈਆਂ ਨੇ। ਤਾਂ ਇਸ ਮਕਾਨ ਦੇ ਡਿੱਗਣ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਇਸ ਮਕਾਨ ਦੇ ਹੇਠਾਂ ਤੋਂ 52 ਫੁੱਟ ਨੀਚੇ ਜੋ ਮੈਟਰੋ ਦੀ ਟਨਲ ਹੈ ਉਹ ਨਿਕਲ ਰਹੀ ਹੈ, ਜਿਸ ਦੇ ਕਾਰਨ ਇਹ ਮਕਾਨ ਖੋਖਲਾ ਹੋ ਗਿਆ ਅਤੇ 20 ਫੁੱਟ ਜੋ ਇਸਦਾ ਬੀਤੇ ਦਿਨਾਂ ਫਰਸ਼ ਪਹਿਲਾਂ ਨੀਚੇ ਦੱਬ ਜਾਂਦਾ, ਜਿਸ ਨੂੰ ਦੇਖਦੇ ਹੋਏ ਇਸ ਮਕਾਨ ਨੂੰ ਲੋਕ ਖਾਲੀ ਕਰ ਦਿੰਦੇ ਨੇ ਅਤੇ ਇਹ ਮਕਾਨ ਅੱਜ ਦੇਖਦੇ ਹੀ ਦੇਖਦੇ ਮਿੰਟਾਂ ਦੇ ਵਿੱਚ ਢਹਿ ਢੇਰੀ ਹੋ ਗਿਆ। ਤਸਵੀਰਾਂ ਕੋਲ ਹੀ ਲੱਗੇ ਇੱਕ CCTV ਦੇ ਵਿੱਚ ਵੀ ਕੈਦ ਹੋਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਪਹਿਲਾਂ ਜੋ ਅਗਲੀ ਬਾਲਕਨੀ ਹੁੰਦੀ ਆ ਉਸਦਾ ਕੁਝ ਹਿੱਸਾ ਗਿਰਦਾ ਅਤੇ ਫਿਰ ਉਸ ਤੋਂ ਬਾਅਦ ਦੇਖਦੇ ਹੀ ਦੇਖਦੇ ਸਾਰਾ ਮਕਾਨ ਮਿੰਟਾਂ 'ਚ ਢਹਿ ਢੇਰੀ ਹੋ ਜਾਂਦਾ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਆਲੇ ਦੁਆਲੇ ਤੋਂ ਇਸ ਬਾਜ਼ਾਰ ਦੇ ਵਿੱਚ ਕੋਈ ਲੋਕ ਨਹੀਂ ਸੀ ਨਿਕਲ ਰਹੇ, ਨਹੀਂ ਤਾਂ ਕੋਈ ਨਾ ਕੋਈ ਜਾਨੀ ਨੁਕਸਾਨ ਦਾ ਖਤਰਾ ਤਾਂ ਹੁੰਦਾ ਹੀ ਹੁੰਦਾ, ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਤਾਂ ਕਾਨਪੁਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਮੈਟਰੋ ਦੇ ਕਾਰਨ ਇੱਕ ਮਕਾਨ ਢਹਿ ਢੇਰੀ ਹੋ ਗਿਆ, ਜਿੱਥੇ ਲੋਕਾਂ ਨੂੰ ਮੈਟਰੋ ਦੇ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਇਸਦਾ ਨੁਕਸਾਨ ਹੁੰਦਾ ਵੀ ਨਜ਼ਰ ਆ ਰਿਹਾ। ਕਿਹਾ ਜਾ ਰਿਹਾ ਜੇਕਰ ਮੈਟਰੋ ਨੇ ਇਸ ਮਕਾਨ ਨੂੰ ਹੇਠਾਂ ਤੋਂ ਕੋਈ ਸਪੋਰਟ ਦਿੱਤੀ ਹੁੰਦੀ ਤਾਂ ਸ਼ਾਇਦ ਇਹ ਮਕਾਨ ਢਹਿ ਢੇਰੀ ਨਾ ਹੁੰਦਾ, ਪਰ ਕਿਹਾ ਜਾ ਰਿਹਾ ਕਿ ਜਦੋਂ ਇਸਦਾ ਬੀਤੇ ਦਿਨਾਂ 20 ਫੁੱਟ ਹੇਠਾਂ ਤੱਕ ਫਰਸ਼ ਦੱਬਿਆ ਸੀ ਤਾਂ ਉਸ ਤੋਂ ਬਾਅਦ ਖਤਰਾ ਦੇਖਦੇ ਹੋਏ ਇਸ ਮਕਾਨ ਨੂੰ ਖਾਲੀ ਕਰਵਾ ਲਿਆ ਗਿਆ ਸੀ।